ਸੋ ਮਹਿੰਦਰਪਾਲ ਬਿੱਟੂ ਦੀ ਮੌਤ ਦੇ ਨਾਲ ਕੜੀ ਤਾਂ ਟੁੱਟ ਗਈ ਹੈ ਜਾਂਚ ਦੀ, ਜਿਹੜੀ ਕੁਵਰ ਵਿਜੇ ਪ੍ਰਤਾਪ ਨੇ ਗੱਲ ਕਹੀ ਹੈ, ਪਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਫਰਕ ਤਾਂ ਜ਼ਰੂਰ ਪਿਆ, ਅਸਰ ਤਾਂ ਜ਼ਰੂਰ ਪਿਆ, ਪਰ ਕਾਰਵਾਈ ਤੇ ਕੋਈ ਅਸਰ ਨਹੀਂ ਪਵੇਗਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਕਰਕੇ ਰਹਿਣਗੇ। ਉਸ ਤੋਂ ਪਹਿਲਾਂ ਕੱਲ ਕੋਟਕਪੁਰਾ ਦੀ ਦਾਣਾ ਮੰਡੀ ਦੇ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਭੋਗ ਸਮਾਗਮ ਕਰਵਾਇਆ ਗਿਆ, ਜਿਸ ਮੌਕੇ ਵੱਡੀ ਗਿਣਤੀ 'ਚ ਡੇਰਾ ਸਮਰਥਕ ਜੁਟੇ। ਡੇਰਾ ਪੈਰੋਕਾਰਾਂ ਦੀ ਆਮਦ ਕਰਕੇ ਪੁਲਿਸ ਪ੍ਰਸ਼ਾਸਨ ਵੀ ਅਲਰਟ ਤੇ ਰਿਹਾ ਤਾਂ ਜੋ ਮਾਹੌਲ ਕਿਸੇ ਤਰ੍ਹਾਂ ਵੀ ਤਣਾਅਪੂਰਵਕ ਨਾ ਹੋ ਸਕੇ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਭੋਗ ਸਮਾਗਮ ਤੇ ਇੱਕ ਵਾਰ ਫਿਰ ਤੋਂ ਡੇਰਾ ਸਮਰਥਕ ਇਕੱਠੇ ਹੋਏ। ਪੰਜਾਬ ਦੇ ਇਲਾਵਾ ਹਰਿਆਣਾ, ਹਿਮਾਚਲ ਤੇ ਰਾਜਸਥਾਨ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਰਾ ਪ੍ਰੇਮੀ ਕੋਟਕਪੁਰਾ ਦੀ ਦਾਣਾ ਮੰਡੀ ਪੁੱਜੇ, ਜਿਨ੍ਹਾਂ ਨੇ ਵਾਰੋ ਵਾਰੀ ਮਹਿੰਦਰਪਾਲ ਬਿੱਟੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਕੋਟਕਪੁਰਾ ਦੀ ਦਾਣਾ ਮੰਡੀ ਵਿੱਚ ਪਹੁੰਚਣਾ ਸਥਾਨਕ ਪ੍ਰਸ਼ਾਸਨ ਦੇ ਲਈ ਵੱਡੀ ਸਿਰਦਰਦੀ ਸੀ, ਲਿਹਾਜ਼ਾ ਪੁਲਿਸ ਤੇ ਪ੍ਰਸ਼ਾਸਨ ਪਹਿਲਾਂ ਤੋਂ ਹੀ ਅਲਰਟ ਉੱਤੇ ਸੀ। ਕੋਟਕਪੁਰਾ ਦੀ ਦਾਣਾ ਮੰਡੀ ਦੇ ਆਸੇ ਪਾਸੇ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦਾ ਸਖ਼ਤ ਪਹਿਰਾ ਸੀ। ਪੂਰੇ ਸ਼ਹਿਰ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਅਸੀਂ ਅਰਾਊਂਡ 8 ਕੰਪਨੀਜ਼ ਇੱਥੇ ਲਾਈਆਂ ਹੋਈਆਂ ਨੇ, ਜਿਹਦੇ ਵਿੱਚ ਪੈਰਾਮਿਲਟਰੀ ਵੀ ਇੰਕਲੂਡਡ ਹੈ, ਅਤੇ ਅਸੀਂ ਕੋਈ ਵੀ ਚਾਂਸ ਨਹੀਂ ਲੈਣਾ ਚਾਹੁੰਦੇ ਕੋਈ ਸ਼ਰਾਰਤੀ ਅਨਸਰ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਕਰੇ। ਅਸੀਂ ਸ਼ਹਿਰ ਦੇ ਵਿੱਚ 17 ਨਾਕਾ ਪੁਆਇੰਟਸ ਲਾਏ ਨੇ ਅਤੇ 7 ਸਿਟੀ ਦੇ ਅੰਦਰ ਜਿਹੜੇ ਮਿੰਨੀ ਨਾਕਾ। ਉਧਰ ਬਿੱਟੂ ਦੇ ਭੋਗ ਤੇ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ ਅਤੇ ਉਹਨਾਂ ਦੇ ਮੱਥੇ ਤੇ ਲੱਗੇ ਬੇਅਦਬੀ ਦੇ ਦਾਗ ਧੋ ਦਿੱਤੇ ਜਾਣ। ਇਹ ਸਰਕਾਰ ਜੋ ਅੱਜ ਮੌਜੂਦ ਹੈ ਜਾਂ ਪਹਿਲੀਆਂ ਸਰਕਾਰਾਂ ਜਾਂ ਆਉਣ ਵਾਲੀਆਂ ਕੋਈ ਵੀ ਹੈ, ਉਹ ਸਾਡੇ ਸਬਰ ਦਾ ਇਮਤਿਹਾਨ ਨਾ ਲੈਣ ਔਰ ਸਾਧ ਸੰਗਤ ਨੂੰ ਇਨਸਾਫ ਦੇਣ ਔਰ ਜੋ ਇਹ ਕਲੰਕ ਸਾਡੇ ਮੱਥੇ ਤੇ ਲਾਇਆ ਗਿਆ ਉਸ ਨੂੰ ਪੂਰੀ ਤਰ੍ਹਾਂ ਖਤਮ ਕਰਨ। ਮਹਿੰਦਰਪਾਲ ਬਿੱਟੂ ਦੀ ਜੇਲ੍ਹ ਵਿੱਚ ਹੋਈ ਮੌਤ ਤੋਂ ਬਾਅਦ ਇਸ ਉੱਤੇ ਸਿਆਸਤ ਤਾਂ ਖੂਬ ਹੋਈ ਪਰ ਸੂਬੇ ਦੇ ਸਿਆਸਤਦਾਨਾਂ ਨੇ ਬਿੱਟੂ ਦੇ ਭੋਗ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ। ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਜੇਲ੍ਹ ਦੀ ਅਤਿ ਸੁਰੱਖਿਆ ਵਾਲੀ ਥਾਂ 'ਤੇ ਉਸ ਨੂੰ ਰੱਖਿਆ ਗਿਆ ਸੀ। ਬਿੱਟੂ ਡੇਰਾ ਸਿਰਸਾ ਦੀ ਪੰਜਾਬ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਜਿਸ ਦਾ ਬੀਤੀ 22 ਜੂਨ ਨੂੰ ਨਾਭਾ ਦੀ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਬਾਈ ਜੂਨ ਨੂੰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ। ਹਾਲਾਂਕਿ ਉਸ ਤੋਂ ਬਾਅਦ ਪਰਿਵਾਰ ਨੇ ਸੰਸਕਾਰ ਕਰਨ ਮੌਕੇ ਦੋ ਮੰਗਾਂ ਵੀ ਰੱਖੀਆਂ ਤਾਂ ਮੰਗਾਂ ਨਾ ਮੰਨੇ ਜਾਣ ਤੱਕ ਸੰਸਕਾਰ ਨਾ ਕਰਨ ਦੀ ਚੇਤਾਵਨੀ ਦਿੱਤੀ, ਪਰ ਹਾਲਾਂਕਿ ਪ੍ਰਸ਼ਾਸਨ ਨੇ ਮਨਾ ਲਿਆ। ਉਸ ਤੋਂ ਬਾਅਦ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਅਜੇ ਵੀ ਪਰਿਵਾਰ ਲਗਾਤਾਰ ਆਪਣੀਆਂ ਮੰਗਾਂ ਮੰਨੇ ਜਾਣ ਦੀ ਗੱਲ ਤੇ ਅੜਿਆ ਹੋਇਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਜੇਲ੍ਹ ਮਾਮਲੇ ਦੇ ਵਿੱਚ 20 ਕੈਦੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਪਰ ਦੂਜੇ ਪਾਸੇ ਕੈਦੀਆਂ ਦੇ ਪਰਿਵਾਰ ਵਾਲੇ ਗੁੱਸੇ ਦੇ ਵਿੱਚ ਨੇ। ਲੁਧਿਆਣਾ ਹਸਪਤਾਲ ਵਿੱਚ ਜ਼ਖਮੀ ਕੈਦੀ ਤੇ ਪੁਲਿਸ ਵਾਲਿਆਂ ਦਾ ਹਾਲ ਜਾਣਨ ਪਹੁੰਚੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਲੁਧਿਆਣਾ ਜੇਲ੍ਹ ਦੇ ਵਿੱਚ ਕੈਦੀ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਹੋਈ ਝੜਪ ਤੋਂ ਇੱਕ ਦਿਨ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਪਹੁੰਚੇ। ਰੰਧਾਵਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੈਦੀ ਤੇ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਣਨ ਪਹੁੰਚੇ ਸਨ, ਪਰ ਜੇਲ੍ਹ ਮੰਤਰੀ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਤੇ ਜ਼ਖਮੀ ਕੈਦੀਆਂ ਦੇ ਪਰਿਵਾਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰੰਧਾਵਾ ਦਾ ਰਾਹ ਰੁਕਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਬਲ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਸੀ। ਜੇਲ੍ਹ ਮੰਤਰੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਬੀਤੇ ਦਿਨੀ ਜੇਲ੍ਹ ਦੇ ਵਿੱਚ ਹੋਈ ਕਾਰਵਾਈ ਲਈ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਤੇ ਇਸ ਲਈ ਜੇਲ੍ਹ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਮੇਰੇ ਸਾਹਮਣੇ ਗੋਲੀਆਂ ਚੱਲੀਆਂ ਕੱਲ ਸੁਪਰਡੈਂਟ ਤੇ ਟਾਂਡੀਵਾਲ ਤੇ ਜੇਲ੍ਹ ਮੰਤਰੀ ਨੂੰ ਰਿਟਾਇਰ ਕੀਤਾ ਜਾਵੇ ਤੇ ਪਰ ਦੋਨਾਂ ਦੇ ਪਰਚੇ ਪੈਣ ਪੈਸੇ ਲੈ ਲੈ ਕੇ ਇਹਨਾਂ ਨੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਬੱਚਿਆਂ ਕੋ ਮਿਲ ਕੇ ਮੈਂ ਮਿਲੀ ਆਪਣੇ ਹੱਥ ਪਰ ਟਾਂਡੀਵਾਲ ਨੇ ਕਰਾਇਆ ਟਾਂਡੀਵਾਲ ਮੇਰੇ ਕੋ ਮਰਵਾ ਦੇਗਾ ਅੰਦਰ ਦੋ ਦਿਨਾਂ ਦੇ ਵਿੱਚ ਇੰਨਾ ਕਿੰਨਾ ਕੁ ਬਿਮਾਰ ਹੋ ਗਿਆ ਕਿ ਰਾਤੀ ਬਿਮਾਰ ਹੋਇਆ ਸਵੇਰੇ ਖਤਮ ਹੋ ਗਈ ਹੈਲਦੀ ਮੈਂ ਫੁੱਲ ਹੈਲਦੀ ਮੁੰਡਾ ਸੀ ਖਤਮ ਵੀ ਹੋ ਗਿਆ ਤੇ ਉਹਦੀ ਬੋਡੀ ਦੇਖੋ ਇੱਥੋਂ ਸਾਰੀ ਫਟੀ ਹੋਈ ਹੈ ਲਾਸ਼ਾਂ ਪਈਆਂ ਹੋਈਆਂ ਸਾਰੇ ਸਰੀਰ ਤੇ ਲਾਸ਼ਾਂ ਪਈਆਂ ਹੋਈਆਂ ਜੇਲ੍ਹ ਮੰਤਰੀ ਦਾ ਹਰ ਪਾਸੇ ਵਿਰੋਧ ਹੋ ਰਿਹਾ ਸੀ ਪਰ ਜੇਲ੍ਹ ਮੰਤਰੀ ਅਜੇ ਵੀ ਲੁਧਿਆਣਾ ਜੇਲ੍ਹ ਦੇ ਵਿੱਚ ਹੋਏ ਹੰਗਾਮੇ ਨੂੰ ਗੈਂਗਵਾਰ ਦਾ ਰੰਗ ਦੇਣ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਨੇ ਜੇਲ੍ਹ ਦੇ ਵਿੱਚ ਹੰਗਾਮਾ ਕਰ ਰਹੇ ਕੈਦੀਆਂ ਨੂੰ ਬਹਾਦਰੀ ਦੇ ਨਾਲ ਕਾਬੂ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਗਦ ਇਨਾਮ ਤੇ ਪ੍ਰਸ਼ੰਸਾ ਪੱਤਰ ਦੇਣ ਦਾ ਵੀ ਐਲਾਨ ਕੀਤਾ ਗਿਆ ਜੇਲ੍ਹ ਇੰਸੀਡੈਂਟ ਹੋਇਆ
ਅਤੇ ਜਿਸ ਤਰ੍ਹਾਂ ਜੇਲ੍ਹ ਡਿਪਾਰਟਮੈਂਟ ਉਹਨੂੰ ਕੰਟਰੋਲ ਕੀਤਾ, ਕੋਈ ਐਪਲੀਕੇਸ਼ਨ ਬਣਾ ਕੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਮੇਰੀ ਕਿਤੇ ਸਟੇਟਮੈਂਟ ਲੱਗੀ ਸੁਣ ਲਵਾਂਗਾ, ਕਿਤੇ ਦੋ ਗੈਂਗ ਵਾਰ ਨਹੀਂ ਹੋਏ ਉੱਥੇ। ਜਿਸ ਵੇਲੇ ਆਦਮੀ ਅੰਦਰ ਗਿਆ ਉਧਰ ਜੇਲ੍ਹ ਵਿੱਚ ਹੋਏ ਹੰਗਾਮੇ ਨੂੰ ਲੈ ਕੇ 20 ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਹਨਾਂ ਕੈਦੀਆਂ ਤੇ ਇਰਾਦਾ ਕਤਲ ਸਣੇ ਵੱਖ ਵੱਖ ਧਰਾਵਾਂ ਲਾਈਆਂ ਗਈਆਂ ਨੇ। ਕੈਦੀਆਂ ਤੇ ਇਹ ਵੀ ਇਲਜ਼ਾਮ ਨੇ ਕਿ ਉਹਨਾਂ ਨੇ ਜੇਲ੍ਹ ਦੇ ਅੰਦਰ ਭੰਨਤੋੜ ਕੀਤੀ ਹੈ ਅਤੇ ਮਾਹੌਲ ਖਰਾਬ ਕੀਤਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਕੈਦੀਆਂ ਨੇ ਜ਼ਬਰਦਸਤ ਹੰਗਾਮਾ ਕੀਤਾ ਸੀ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ ਅਤੇ ਇਸ ਫਾਇਰਿੰਗ ਦੇ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਸੀ। ਲੁਧਿਆਣਾ ਤੋਂ ਰੋਹਿਤ ਕੌਰ, ਨਿਊਜ਼ 18 ਪੰਜਾਬ। ਜੰਗ ਦਾ ਮੈਦਾਨ ਬਣੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਜੇਲ੍ਹ ਮੰਤਰੀ ਦਾ ਅਸਤੀਫਾ ਵਿਰੋਧੀਆਂ ਵੱਲੋਂ ਮੰਗਿਆ ਜਾ ਰਿਹਾ, ਪਰ ਜੇਲ੍ਹ ਮੰਤਰੀ ਅਜੇ ਵੀ ਇਸ ਨੂੰ ਦੋ ਗਰੁੱਪਾਂ ਦੀ ਗੈਂਗਵਾਰ ਹੀ ਕਰਾਰ ਦੇ ਰਹੇ ਨੇ। ਉਧਰ ਲੁਧਿਆਣਾ ਜੇਲ੍ਹ ਚ ਹੋਏ ਹੰਗਾਮੇ ਦੌਰਾਨ ਕਈ ਕੈਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੀ ਵੀਡੀਓ ਸਾਹਮਣੇ ਆਈ ਹੈ। ਕੈਦੀਆਂ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਕੈਦੀ ਦੀ ਲੱਤ ਤੇ ਫ੍ਰੈਕਚਰ ਵੀ ਹੋ ਗਿਆ। ਨੇੜਲੇ ਘਰਾਂ ਦੇ ਲੋਕਾਂ ਨੇ ਕੰਧ ਟੱਪ ਰਹੇ ਕੈਦੀਆਂ ਦੀ ਵੀਡੀਓ ਬਣਾ ਲਈ ਤੇ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ। ਕੱਲ ਕੈਦੀਆਂ ਦੇ ਜ਼ਬਰਦਸਤ ਹੰਗਾਮੇ ਦੌਰਾਨ ਜਦੋਂ ਪੁਲਿਸ ਦਾ ਸਾਰਾ ਧਿਆਨ ਹਿੰਸਾ ਸ਼ਾਂਤ ਕਰਨ ਤੇ ਸੀ ਤਾਂ ਕੁਝ ਕੈਦੀ ਫਰਾਰ ਹੋਣ ਦੀ ਤਾਕਤ ਵਿੱਚ ਸੀ, ਕਿਉਂਕਿ ਅਕਸਰ ਜਦੋਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹੰਗਾਮਾ ਹੁੰਦਾ ਹੈ, ਇਸ ਤਰ੍ਹਾਂ ਦਾ ਵਿਵਾਦ ਹੋ ਜਾਂਦਾ ਹੈ ਤਾਂ ਕੁਝ ਕੈਦੀ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ, ਕੁਝ ਕੈਦੀ ਫਰਾਕ ਦੇ ਵਿੱਚ ਰਹਿੰਦੇ ਨੇ ਕਿ ਇਸ ਮਾਹੌਲ ਦਾ ਫਾਇਦਾ ਚੁੱਕਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੰਨੀ ਉੱਚੀ ਕੰਧ ਟੱਪ ਕੇ ਇਸ ਕੈਦੀ ਦੇ ਵੱਲੋਂ ਜਿਹੜੀ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸਨੇ ਛਲਾਂਗ ਵੀ ਮਾਰੀ ਇੰਨੀ ਉੱਚੀ ਕੰਧ ਤੋਂ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਤਾਂ ਉਸਦਾ ਨਤੀਜਾ ਇਹ ਹੋਇਆ ਕਿ ਉਸਦੀ ਲੱਤ ਤੇ ਸੱਟ ਵੀ ਲੱਗ ਗਈ, ਫ੍ਰੈਕਚਰ ਵੀ ਹੋ ਗਿਆ, ਕਿਉਂਕਿ ਕੰਧ ਬਹੁਤ ਜ਼ਿਆਦਾ ਉੱਚੀ ਬਣਾਈ ਗਈ ਸੀ ਜੇਲ੍ਹ ਦੀ। ਪਰ ਖੈਰ ਕਿ ਇਹ ਜਿਹੜੀ ਕੋਸ਼ਿਸ਼ ਕੀਤੀ ਇਸ ਕੈਦੀ ਨੇ ਭੱਜਣ ਦੀ, ਉਸ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ, ਕਿਉਂਕਿ ਇਸ ਨੂੰ ਪੁਲਿਸ ਨੇ ਦਬੋਚ ਲਿਆ ਤੇ ਦੁਬਾਰਾ ਤੋਂ ਜੇਲ੍ਹ ਦੇ ਅੰਦਰ ਇਸ ਕੈਦੀ ਨੂੰ ਡੱਕ ਦਿੱਤਾ ਹੈ। ਕਿਸ ਤਰ੍ਹਾਂ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਹ ਆਸ ਪਾਸ ਦੇ ਜਿਹੜੇ ਲੋਕ ਸੀ ਜੇਲ੍ਹ ਦੇ ਆਲੇ ਦੁਆਲੇ ਘਰਾਂ ਦੇ ਲੋਕ, ਉਹਨਾਂ ਨੇ ਵੀਡੀਓ ਬਣਾ ਲਈ, ਕੈਦ ਕਰ ਲਏ ਆਪਣੇ ਕੈਮਰੇ ਦੇ ਵਿੱਚ ਇਸ ਭੱਜਣ ਦੀ ਕੋਸ਼ਿਸ਼ ਨੂੰ। ਆਪਣੀ ਲੱਤ ਤੇ ਫ੍ਰੈਕਚਰ ਵੀ ਕਰਵਾਇਆ ਪਰ ਭੱਜਣ ਦੇ ਵਿੱਚ ਕਾਮਯਾਬ ਵੀ ਨਹੀਂ ਹੋ ਸਕਿਆ ਇਹ ਕੈਦੀ। ਉਧਰ ਜੇਲ੍ਹ ਵਿਵਸਥਾ ਦੇ ਮਾਮਲੇ ਤੇ ਸੂਬੇ ਦੀ ਸਿਆਸਤ ਲਗਾਤਾਰ ਪੱਖੀ ਹੋਈ ਹੈ। ਜਿੱਥੇ ਵਿਰੋਧੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫਾ ਮੰਗ ਰਹੇ ਨੇ, ਉੱਥੇ ਰੰਧਾਵਾ ਨੇ ਵੀ ਹੁਣ ਪਲਟਵਾਰ ਕੀਤਾ ਹੈ। ਦੇਖੋ, ਪੰਜਾਬ ਦੇ ਵਿੱਚ ਪਹਿਲਾਂ ਸੜਕਾਂ ਤੇ ਖੇਤਾਂ ਤੇ ਦੁਕਾਨਾਂ ਤੇ ਕਤਲੋ ਗਾਰਤ ਮਾਰ ਧਾੜ ਦੀਆਂ ਵਾਰਦਾਤਾਂ ਹੋ ਰਹੀਆਂ ਸੀ, ਹੁਣ ਜੇਲ੍ਹਾਂ ਵਿੱਚ ਵੀ ਸ਼ੁਰੂ ਹੋ ਗਈਆਂ। ਇਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਬਿਲਕੁਲ ਤਹਿਸ਼ ਨਹਿਸ਼ ਹੋ ਗਈ ਔਰ ਕਾਨੂੰਨ ਨਾ ਦਾ ਕੋਈ ਉੱਥੇ ਸਿਸਟਮ ਹੀ ਨਹੀਂ ਰਿਹਾ, ਕਿਉਂਕਿ ਕੈਪਟਨ ਸਾਹਿਬ ਦੇ ਮੁੱਖ ਮੰਤਰੀ ਬਣਦੇ ਹੀ ਜਿਸ ਤਰ੍ਹਾਂ ਜਿਹੜੇ ਗੁੰਡਾ ਗਰੋਹ ਸੀ, ਗੈਂਗਵਾਰ ਸੀ, ਉਹਨੂੰ ਉਤਸ਼ਾਹਿਤ ਕੀਤਾ ਗਿਆ ਤੇ ਬਿਲਕੁਲ ਲਾਪਰਵਾਹੀ ਬੇਧਿਆਨੀ ਮੁੱਖ ਮੰਤਰੀ ਸਾਹਿਬ ਦੀ। ਪੰਜਾਬ ਵਿੱਚ ਜੇਲ੍ਹਾਂ ਦੇ ਵਿੱਚ ਜਿਹੜਾ ਔਰਗੇਨਾਈਜ਼ ਕ੍ਰਾਈਮ ਹੋ ਰਿਹਾ, ਤੁਹਾਨੂੰ ਪਤਾ ਨਾਭਾ ਦੀ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਮਾਰਿਆ ਜਾਣਾ ਬਹੁਤ ਵੱਡੀ ਡੂੰਘੀ ਸਾਜ਼ਿਸ਼ ਆ, ਕਿਉਂਕਿ ਉਹ ਬਿੱਟੂ ਜਿਹੜਾ ਹੈਗਾ ਉਹ ਇੱਕ ਅਹਿਮ ਗਵਾਹ ਹੋ ਸਕਦਾ ਸੀ SIT ਦਾ, ਔਰ SIT ਦੇ ਮੈਂਬਰਾਂ ਦਾ ਬਾਰ ਬਾਰ ਇਹ ਕਹਿਣਾ ਵੀ ਸਾਡੀ ਆਪਸ 'ਚ ਲੀਕ ਕਰਨਾ, ਇਨਫੋਰਮੇਸ਼ਨ ਨੂੰ, ਇਨਵੈਸਟੀਗੇਸ਼ਨ ਨੂੰ ਲੀਕ ਕਰਨਾ। ਮੈਂ ਸਮਝਦਾ ਕਿਤੇ ਨਾ ਕਿਤੇ ਪੋਲੀਟੀਕਲ ਫਾਇਦਾ ਹੈਗਾ ਉਹ ਕੈਪਟਨ ਸਾਹਿਬ ਲੈ ਰਹੇ ਨੇ ਉਸ ਗੱਲ ਦਾ ਸਿੱਟ ਦਾ, ਔਰ ਸਿੱਟ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਰਹੀ। ਔਰ ਜੇਲ੍ਹਾਂ ਦੇ ਵਿੱਚ ਮਰਡਰ ਹੋਣਾ, ਉਸ ਤੋਂ ਬਾਅਦ ਲੁਧਿਆਣਾ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਹਮਲਾ ਤਾਂ ਬੜੀ ਮਰ ਜਾਣੀ ਔਰ ਦੋ ਮਰਡਰ ਹੋ ਜਾਣੇ, ਔਰ ਮੈਂ ਸਮਝਦਾ ਅਮਨ ਕਾਨੂੰਨ ਦੀ ਸਥਿਤੀ ਪੰਜਾਬ 'ਚ ਬਹੁਤ ਮਾੜੀ ਬਣੀ ਆ, ਔਰ ਪੰਜਾਬ ਦੇ ਜਿਹੜੇ ਹੋਮ ਮਿਨਿਸਟਰ ਨੇ ਕੈਪਟਨ ਸਾਹਿਬ, ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ, ਅਸਤੀਫਾ ਦੇਣਾ ਚਾਹੀਦਾ। ਅਸਤੀਫਾ ਮੰਗਣਾ ਚਾਹੀਦਾ ਸੀ ਕੇਵਲ ਜੇਲ੍ਹ ਮੰਤਰੀ ਨਹੀਂ, ADGP ਜੇਲ੍ਹ ਔਰ ਜਿਹੜੇ ਅਧਿਕਾਰੀ ਇਹਦੇ ਵਿੱਚ ਲਿਪਤ ਨੇ, ਜਿਨ੍ਹਾਂ ਦੀ ਡਿਊਟੀ ਸੀ, ਜਿਨ੍ਹਾਂ ਦੀ ਅਣਗਹਿਲੀ ਹੋਈ, ਚਾਹੇ ਉਹ ਸਿਪਾਹੀ ਹੈ ਅਤੇ ਚਾਹੇ ਉਹ ਜੇਲ੍ਹ ਮੰਤਰੀ ਹੈ, ਮੈਂ ਸਮਝਣਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਬਹੁਤ ਵੱਡੀ ਘਟਨਾ ਹੈ। ਉਹ ਤੇ ਜਦੋਂ ਪੁਲਵਾਮਾ ਤੇ ਹਮਲਾ ਹੋਇਆ ਸੀ ਉਹਦੇ 40 ਫੌਜੀ ਸ਼ਹੀਦ ਹੋਏ, ਉਸ ਦਿਨ ਪ੍ਰਾਈਮ ਮਿਨਿਸਟਰ ਨੂੰ ਵੀ ਕਰ ਦੇਣਾ ਚਾਹੀਦਾ ਸੀ, ਮੇਰਾ ਖਿਆਲ ਆ ਉਹ ਵੀ ਮੰਗ ਲੈਣਾ ਚਾਹੀਦਾ ਸੀ। ਜਿਹੜੇ ਚੈਲੇਂਜ ਤੋਂ ਨਹੀਂ ਮੈਂ ਭੱਜੂਗਾ, ਚੈਲੇਂਜ ਐਕਸੈਪਟ ਕੀਤਾ ਔਰ ਮੁਕਾਬਲਾ ਕਰਾਂਗਾ। ਗੋਲੀ ਨਾਲ ਮੁੰਡਾ ਜਿਹੜਾ ਜਿਹਦੀ ਮੌਤ ਹੋਈ ਅਜੀਤ, ਉਹ ਹੱਥ ਦੇ ਵਿੱਚ ਲਿਫਾਫਾ ਫੜ ਕੇ ਮੁਲਾਕਾਤ ਤੋਂ ਵਾਪਸ ਜਾ ਰਿਹਾ, ਉਹਦਾ ਕੀ ਕਸੂਰ ਆ?
ਮੈਂ ਮੰਤਰੀ ਨੂੰ ਕਿਹਾ ਸੀਸੀਟੀਵੀ ਚੈੱਕ ਕਰ ਦਿਓ, ਜੇ ਉਹ ਵਾਕਈ ਸ਼ੂਟ ਲੈ ਕੇ ਮੁਲਾਕਾਤ ਤੋਂ ਵਾਪਸ ਜਾ ਰਿਹਾ, ਉਹ ਵਾਇਲੈਂਟ ਨਹੀਂ ਹੈਗਾ, ਉਹਨੇ ਕੋਈ ਇੱਟ ਬੱਟਾ ਨਹੀਂ ਚਲਾਇਆ, ਦੈਨ ਜਿਹੜਾ ਜੇਲ੍ਹ ਪ੍ਰਸ਼ਾਸਨ ਆ 302 ਦਾ ਮੁਕੱਦਮਾ ਦਰਜ ਕਰੋ। ਸੋ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਜਿਹੜਾ ਹੰਗਾਮਾ ਹੋਇਆ, ਜੰਗ ਦਾ ਮੈਦਾਨ ਬਣ ਕੇ ਹੀ ਹੈ ਜੇਲ੍ਹ, ਉਸ ਤੇ ਸਿਆਸਤ ਲਗਾਤਾਰ ਪੱਕੀ ਹੋਈ ਹੈ। ਵਿਰੋਧੀ ਅਸਤੀਫਾ ਮੰਗ ਰਹੇ ਨੇ, ਨਾ ਸਿਰਫ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਲਕਿ ਕੈਪਟਨ ਅਮਰਿੰਦਰ ਸਿੰਘ ਦਾ, ਜੇਲ੍ਹ ਡੀਜੀਪੀ ਦਾ, ਅਧਿਕਾਰੀਆਂ ਦਾ। ਤੇ ਉਧਰ ਪਲਟਵਾਰ ਕੀਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਜੇਕਰ ਇਸ ਤਰ੍ਹਾਂ ਅਸਤੀਫੇ ਮੰਗੇ ਜਾਣ ਲੱਗਣ ਤਾਂ ਫਿਰ ਜਿਸ ਵੇਲੇ ਜਵਾਨ ਸ਼ਹੀਦ ਹੋਏ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਅਸਤੀਫਾ ਕਿਉਂ ਨਹੀਂ ਮੰਗਿਆ ਗਿਆ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਬਿਜਲੀ ਦੀਆਂ ਵਧੀਆਂ ਹੋਈਆਂ ਦਰਾਂ ਦੇ ਖਿਲਾਫ ਆਮ ਆਦਮੀ ਪਾਰਟੀ ਬਿਜਲੀ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ, ਪਰ ਇਸ ਅੰਦੋਲਨ ਤੋਂ ਪਹਿਲਾਂ ਆਪ ਦੇ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਤੇ ਸੂਬਾ ਸਰਕਾਰ ਦੀ ਸ਼ਿਕਾਇਤ ਕਰਦਿਆਂ ਇੱਕ ਮੰਗ ਪੱਤਰ ਵੀ ਸੌਂਪਿਆ। ਪੰਜਾਬ ਚ ਵਧੀਆਂ ਹੋਈਆਂ ਬਿਜਲੀ ਦੀਆਂ ਦਰਾਂ ਦੇ ਖਿਲਾਫ਼ ਸ਼ੁਰੂ ਤੋਂ ਮੋਰਚਾ ਖੋਲਣ ਵਾਲੀ ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਦੀ ਅਗਵਾਈ ਦੇ ਵਿਚ ਰਾਜਪਾਲ ਨੂੰ ਮਿਲੇ ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਦੇ ਕੋਲ ਵਧੀਆਂ ਬਿਜਲੀ ਦੀਆਂ ਦਰਾਂ ਦਾ ਮੁੱਦਾ ਚੁੱਕਿਆ, ਸੂਬਾ ਸਰਕਾਰ ਦੀ ਸ਼ਿਕਾਇਤ ਕੀਤੀ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਨਾਲ ਹੀ ਆਪਣੀ ਪਿਛਲੀ ਸਰਕਾਰ ਦੌਰਾਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਸਮਝੌਤਿਆਂ ਨੂੰ ਰਿਵਿਊ ਕਰਕੇ ਖਤਮ ਕਰਨ ਦੀ ਮੰਗ ਵੀ ਦੁਹਰਾਈ। ਅਸੀਂ ਅੰਦੋਲਨ ਚਲਾ ਰੱਖਿਆ ਤੇ ਉਸੇ ਸੰਬੰਧ ਦੇ ਵਿਚ ਅੱਜ ਅਸੀਂ ਗਵਰਨਰ ਪੰਜਾਬ ਨੂੰ ਮਿਲਿਆ। ਪੰਜਾਬ ਦੇ ਵਿੱਚ ਪਿਛਲੀ ਸਰਕਾਰ ਦੇ ਸਮੇਂ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਅਜਿਹੇ ਐਗਰੀਮੈਂਟ ਕਰ ਲਏ ਕਿ ਜੇ ਪੰਜਾਬ ਉਹਨਾਂ ਤੋਂ ਇੱਕ ਵੀ ਯੂਨਿਟ ਬਿਜਲੀ ਦਾ ਨਹੀਂ ਖਰੀਦੂਗਾ ਤਾਂ ਸਿਰਫ ਫਿਕਸਡ ਚਾਰਜਿਸ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 2800 ਕਰੋੜ ਸਾਲਾਨਾ ਉਹਨਾਂ ਕੰਪਨੀਆਂ ਨੂੰ ਦੇਣਾ ਪਏਗਾ। 25 ਸਾਲ ਦੇ ਐਗਰੀਮੈਂਟ ਨੇ 70,000 ਕਰੋੜ ਹੈ ਜਿਹੜਾ ਬਣ ਜਾਣਾ, ਜਿਹੜਾ ਕਿ ਐਡੀਸ਼ਨਲ ਫਾਲਤੂ ਦਾ ਬੋਝ ਹੈ ਪੰਜਾਬ ਦੇ ਲੋਕਾਂ ਦੇ ਸਿਰ। ਉਧਰ ਮੁੱਖ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦੱਸਿਆ ਕਿ ਕੱਲ੍ਹ ਉਹ ਦਿੱਲੀ ਜਾ ਰਹੇ ਨੇ ਜਿੱਥੇ ਆਪ ਸੁਪਰੀਮੋ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਗੇ ਤੇ ਦਿੱਲੀ ਤੋਂ ਬਿਜਲੀ ਅੰਦੋਲਨ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਬਿਜਲੀ ਅੰਦੋਲਨ ਲੈ ਕੇ ਸਾਡੀ ਰਿਵਿਊ ਕਮੇਟੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ। ਸੀਐਮ ਸਾਹਿਬ ਨੇ ਸਾਨੂੰ ਪਹਿਲਾਂ ਵੀ ਗਾਈਡਲਾਈਨ ਜਾਰੀ ਕੀਤੀਆਂ ਸੀ, ਉਸ ਗਾਈਡਲਾਈਨ ਦੇ ਤਹਿਤ ਸਾਡੀ ਮੀਟਿੰਗ ਹੈਗੀ, ਪਹਿਲੀ ਮੀਟਿੰਗ ਹੈਗੀ ਬਿਜਲੀ ਅੰਦੋਲਨ ਲੈ ਕੇ। ਸਾਰੇ ਵਿਧਾਇਕ, ਪਾਰਟੀ ਪ੍ਰਧਾਨ, ਸਮੁੱਚੀ ਕੋਰ ਕਮੇਟੀ, ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸ਼ਾਮਲ ਹੋਣਗੇ। ਗੌਰਤਲਬ ਹੈ ਕਿ ਸੂਬੇ 'ਚ ਵਧੀਆਂ ਹੋਈਆਂ ਬਿਜਲੀ ਦੀਆਂ ਦਰਾਂ ਤੋਂ ਲੋਕ ਪਰੇਸ਼ਾਨ ਨੇ, ਪੂਰੀ ਬਿਜਲੀ ਨਾ ਮਿਲਣ ਕਾਰਨ ਕਿਸਾਨ ਸੜਕਾਂ ਤੇ ਨੇ, ਵਿਰੋਧੀ ਅੰਦੋਲਨ ਦੀ ਤਿਆਰੀ 'ਚ ਨੇ। ਪਰ ਇਸ ਸਭ ਦੇ ਵਿਚਾਲੇ ਸੂਬੇ ਦਾ ਬਿਜਲੀ ਮਹਿਕਮਾ ਅਜੇ ਤੱਕ ਆਪਣੇ ਮੰਤਰੀ ਤੋਂ ਵਾਂਝਾ ਹੈ, ਕਿਉਂਕਿ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣਾ ਮਹਿਕਮਾ ਨਹੀਂ ਸੰਭਾਲਿਆ, ਜਿਸ ਕਾਰਨ ਸੂਬੇ ਦਾ ਬਿਜਲੀ ਵਿਭਾਗ ਰੱਬ ਦੇ ਆਸਰੇ ਹੈ। ਚੰਡੀਗੜ੍ਹ ਤੋਂ ਅਮਨ ਬਰਾੜ, ਨਿਊਜ਼ 18 ਪੰਜਾਬ। ਉਧਰ ਆਮ ਆਦਮੀ ਪਾਰਟੀ ਬਿਜਲੀ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰਨ ਚ ਲੱਗੀ ਹੋਈ ਹੈ। ਰਾਜਪਾਲ ਤੱਕ ਮੁਲਾਕਾਤ ਕੀਤੀ ਗਈ, ਪਰ ਇਸ ਮੁਲਾਕਾਤ ਦੌਰਾਨ ਭਗਵੰਤ ਮਾਨ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਵੀ ਪਾਰਟੀ ਦੇ ਕਈ ਅਹਿਮ ਮੌਕਿਆਂ ਤੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਗੈਰ ਹਾਜ਼ਰ ਰਹੇ ਤੇ ਸਵਾਲ ਜਦੋਂ ਆਪ ਦੇ ਨੁਮਾਇੰਦਿਆਂ ਨੂੰ ਕੀਤਾ ਗਿਆ ਤਾਂ ਹਵਾਲਾ ਭਗਵੰਤ ਮਾਨ ਦੇ ਰੁਝੇਵਿਆਂ ਦਾ ਦਿੱਤਾ ਗਿਆ, ਪਰ ਨਾਲ ਹੀ ਪਾਰਟੀ ਆਗੂਆਂ ਨੇ ਕਿਹਾ ਕਿ ਇਕੱਲੇ ਭਗਵੰਤ ਮਾਨ ਦਾ ਮਤਲਬ ਆਮ ਆਦਮੀ ਪਾਰਟੀ ਨਹੀਂ ਹੈ। ਨੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਮੁਹਿੰਮ ਚਲਾਈ, ਸਾਰੀ ਪਾਰਟੀ ਨੇ ਚਲਾਈ, ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ, ਚੋਣ ਜ਼ਾਬਤਾ ਲੱਗ ਗਿਆ, ਇਲੈਕਸ਼ਨਾਂ ਦੇ ਵਿੱਚ ਉਹ ਬਿਜ਼ੀ ਹੋ ਗਏ, ਹੁਣ ਉਹਨਾਂ ਦਾ ਪਾਰਲੀਮੈਂਟ ਚੱਲ ਰਿਹਾ ਹੈ। ਇਕੱਲੇ ਆਮ ਆਦਮੀ ਪਾਰਟੀ ਡਜ਼ ਨਾਟ ਮੀਨ ਭਗਵੰਤ ਮਾਨ ਜਾਂ ਅਮਨ ਅਰੋੜਾ ਡਜ਼ ਨਾਟ ਮੀਨ ਆਮ ਆਦਮੀ ਪਾਰਟੀ, ਉਹ ਆਪਦੇ ਪੰਜਾਬ ਦੇ ਮਸਲੇ ਨੇ ਜਿਹੜੇ ਉਹਨਾਂ ਨੇ ਕੱਲ੍ਹ ਵੀ ਔਰ ਪਰਸੋਂ ਵੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਚੱਕੇ ਨੇ। ਅਸੀਂ ਸਾਰੇ MLA, ਸਾਰੀ ਪਾਰਟੀ ਲੋਕਾਂ ਦੇ ਵਿਚਾਰੀ ਹੈ, ਹਰੇਕ ਥਾਂ ਦੇ ਉੱਪਰ ਹਰ ਸਮੇਂ ਹਰੇਕ ਬੰਦਾ ਕਿਵੇਂ ਮੌਜੂਦ ਹੋ ਸਕਦਾ, ਸਮਝਾਓ ਮੈਨੂੰ।